ਗੁਰਦੁਆਰਾ ਸਾਹਿਬ ਨਾਨਕ ਦਰਬਾਰ ਵਿੱਚ ਫੋਟੋ ਲੱਗੀ ਹੈ ਲੜਕੀ ਦੀ। ਲੋਕਾਂ ਨੇ ਕਿੱਥੇ ਕਿੱਥੇ ਚੜ੍ਹ ਕੇ ਪਾਰਕਿੰਗਾਂ ਲਾਈਆਂ ਹੈ। ਆ ਦੇਖ ਲੋ ਕਿੱਥੇ ਚੜ੍ਹਾਈਆਂ ਗੱਡੀਆਂ। ਸਾਹਿਬ ਸੰਗਤ ਜੀ, ਤੁਹਾਨੂੰ ਨਾ ਸਾਰੇ ਸਰੀ ਦੇ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰਾਊਂਗਾ। ਅੱਜ ਤਾਂ ਪਹਿਲਾਂ ਇੱਥੇ ਆਏ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਅਤੇ ਫਿਰ ਬਾਕੀ ਗੁਰਦੁਆਰਾ ਸਾਹਿਬ ਦੇ ਵੀ ਜਾ ਕੇ ਅਤੇ ਵੀਡੀਓ ਬਣਾ ਕੇ ਤੁਹਾਨੂੰ ਸਭ ਦੇ ਦਰਸ਼ਨ ਕਰਾਊਂਗਾ ਜੀ। ਠੀਕ ਹੈ। ਵਾਹਿਗੁਰੂ 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 ਵਾਹਿਗੁਰੂ। ਇਹ ਲੰਗਰ ਹਾਲ ਵਾਹਿਗੁਰੂ ਇੱਥੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿੱਚ ਨਾ ਜਿਹੜੇ ਪਹਿਲੀ ਵਰਲਡ ਵਾਰ ਦੇ ਅਤੇ ਕੁਝ ਦੂਜੀ ਵਰਲਡ ਵਾਰ ਦੇ ਸਾਰੇ ਲੱਗੇ ਹੋਏ ਆ ਫੋਟੋਸ। ਆਹ ਦੇਖੋ, ਫਸਟ ਵਰਲਡ ਵਾਰ ਅਤੇ ਸੈਕਿੰਡ ਵਰਲਡ ਵਾਰ, ਆਹ ਜਿਹੜੇ ਸਿੱਖ ਫੌਜੀ ਲੜੇ ਆ, ਆਹ ਸਾਰਾ ਕੁਛ ਲਿਖਿਆ ਹੋਇਆ ਇੱਥੇ ਇਤਿਹਾਸ। ਗੁਰਦੁਆਰਾ ਸਾਹਿਬ ਵਿੱਚ ਇੱਦਾਂ ਬੇਸਮੈਂਟਾਂ ਰੈਂਟ ਲਈ, ਅਤੇ ਆਹ ਦੇਖੋ ਬੇਸਮੈਂਟ ਰੈਂਟ ਲਈ ਖਾਲੀ ਹੈ। ਡਰਾਈਵਿੰਗ ਸਕੂਲ ਵਾਲਿਆਂ ਦੀ ਇੱਦਾਂ ਐਡਾ ਲਾ ਦਿੰਦੇ ਸ਼ੇਅਰ ਰੂਮ, ਇੱਦਾਂ ਦੇਖ ਕੇ ਨਾ ਇੱਥੋਂ ਬੋਰਡ ਤੋਂ ਜੇ ਕਿਸੇ ਰੂਮ ਲੈਣਾ ਤਾਂ ਇੱਦਾਂ ਲੱਗੇ ਹੁੰਦੇ ਆ। ਦੋ ਬੈਡਰੂਮ ਬੇਸਮੈਂਟ ਫੋਰ ਰੈਂਟ। ਇਹ ਦਰਬਾਰ ਨਾ ਪੌੜੀਆਂ ਚੜ੍ਹ ਕੇ ਉੱਪਰ ਆ। ਦੋ ਦਰਬਾਰ ਸਾਹਿਬ ਨੇ, ਇੱਕ ਜਿਵੇਂ ਜਿੱਦਾਂ ਅਖੰਡ ਪਾਠ ਸਾਹਿਬ ਕਰਾਉਂਦੇ ਨੇ ਲੋਕ ਇੱਧਰਲੇ ਦਰਬਾਰ ਵਿੱਚ, ਅਤੇ ਇਹ ਦਰਬਾਰਾ ਇਹਦਾ ਜਿਹੜਾ ਗੁਰਬਾਣੀ ਚੱਲਦੀ ਰਹਿੰਦੀ ਹਰ ਵਕਤ, ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾਤਿਆ ਮਿਹਰ ਕਰੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਹ ਹੈਗੀ ਹੈ ਜੀ ਗੁਰੂ ਨਾਨਕ ਫੂਡ ਬੈਂਕ, ਅਤੇ ਇਹ ਹੈਗੀ ਆ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਾਲੇ ਪਲਾਜ਼ੇ ਦੇ ਵਿੱਚ। ਅਤੇ ਇੱਥੋਂ ਕਿਸੇ ਵੀ ਭੈਣ ਭਰਾ ਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਆ, ਕਿਸੇ ਵੀ ਸੌਦੇ ਪੱਤੇ ਦੀ ਘਰੇ ਵਰਤਣ ਵਾਲੇ ਰਸੋਈ ਦੇ ਵਿੱਚ, ਤਾਂ ਖੁੱਲ੍ਹੇ ਦਰਵਾਜ਼ੇ ਆ, ਬੇਝਿਜਕਲ ਜਾ ਸਕਦਾ। ਅਤੇ ਆ ਇੱਧਰਲੇ ਪਾਸੇ ਹੈਗੀ ਆ ਜੀ ਇਮਾਰਤ ਗੁਰਦੁਆਰਾ ਸਾਹਿਬ ਦੀ, ਅਤੇ ਸਭ ਨੂੰ ਬੇਨਤੀ ਆ ਕਿ ਜੋ ਵੀ ਕਿਸੇ ਨੂੰ ਲੋੜ ਆ ਤਾਂ ਲਿਜਾ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਗਏ ਆਪਾਂ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਰੀ BC ਦੇ ਵਿੱਚ। ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕੀ ਫਤਿਹ ਜੀ। ਇਸ ਗੁਰਦੁਆਰਾ ਸਾਹਿਬ ਵਿੱਚ ਵੀ ਦੋ ਹਾਲ ਨੇ, ਆ ਕਿਸੇ ਦੀ ਅੱਜ ਅੰਤਿਮ ਅਰਦਾਸ, ਉਹਨਾਂ ਦਾ ਭੋਗ ਹੋਣਾ ਅੱਜ ਇੱਧਰਲੇ ਦਰਬਾਰ ਸਾਹਿਬ ਵਿੱਚ। ਇੱਕ ਮੇਨ ਦਰਬਾਰ ਉਹ ਇੱਧਰਲੀ ਸਾਈਡ 'ਤੇ ਆ, ਉੱਧਰ ਵੀ ਮੈਨੂੰ ਲੱਗਦਾ ਅੱਜ ਪਾਠ ਪ੍ਰਕਾਸ਼ ਕਰਾਇਆ ਕਿਸੇ ਨੇ। ਅਤੇ ਸੰਡੇ ਨੂੰ ਇੱਦਾਂ ਹੁੰਦੇ ਹੀ ਆ, ਤਾਂ ਸੋ ਇਹ ਗੁਰਦੁਆਰਾ ਸਾਹਿਬ ਦੇ ਵੀ ਦੋ ਹਾਲ ਨੇ, ਅਤੇ ਇੱਧਰ ਵੀ ਕਿਸੇ ਨੇ ਪਾਠ ਪ੍ਰਕਾਸ਼ ਕਰਾਇਆ। ਇੱਧਰ ਲੰਗਰ ਹਾਲ ਆ, ਵਾਹਿਗੁਰੂ ਫੋਟੋਆਂ ਨੇ ਜਿਹੜੇ ਕਾਮਾਗਾਟਾ ਮਾਰੂ ਜਹਾਜ਼ 'ਤੇ ਆਏ ਸੀਗੇ, ਇਹ ਮੈਨੂੰ ਲੱਗਦਾ ਹਾਂਜੀ ਉਹਨਾਂ ਦੀਆਂ ਫੋਟੋਆਂ ਨੇ, ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਵਾਲੀਆਂ। ਹਾਂਜੀ ਆਹ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਲੱਗਾ ਹੋਇਆ ਲਾਹੌਰ ਦੇ ਵਿੱਚ। ਭਾਈ ਘਨੱਈਆ ਜੀ ਜ਼ਖਮੀ ਸਿੰਘਾਂ ਨੂੰ ਪਾਣੀ ਪਿਆ ਰਹੇ, ਅਤੇ ਜਿਹੜੇ ਮੁਗਲਾਂ ਦੇ ਸਿਪਾਹੀ ਉਹਨਾਂ ਨੂੰ ਵੀ।
ਐਕਚੁਅਲੀ ਨਾ ਮੈਂ ਫਸਟ ਟਾਈਮ ਆਇਆ, ਮੈਨੂੰ ਪਤਾ ਨਹੀਂ ਲੱਗਾ। ਜਿੱਦਾਂ ਪਾਠ ਕਰਾਏ ਕਿਸੇ ਨੇ, ਕਿਸੇ ਦੀ ਅੰਤਿਮ ਅਰਦਾਸ ਆ, ਦੋ ਇੱਦਾਂ ਮੈਂ ਪਹਿਲਾਂ ਉਰਲੇ ਹਾਲ 'ਚ ਚਲੇ ਗਏ। ਚਲੋ ਉਹ ਤਾਂ ਕੋਈ ਨਾ, ਗੁਰੂ ਘਰ ਤਾਂ ਗੁਰੂ ਘਰ ਹੀ ਆ, ਜਿਹੜੇ ਮਰਜ਼ੀ ਹਾਲ 'ਚ ਚਲੇ ਗਏ। ਪਰਲਾ ਮੇਨ ਹਾਲ ਦੂਜਾ ਸੀਗਾ। ਵਾਹ, ਫੋਟੋਆਂ ਪੇਂਟਿੰਗਾਂ ਬਹੁਤ ਸੋਹਣੀਆਂ ਨੇ। ਬੈਟਲ ਆਫ ਮੁਦਕੀ ਦਸੰਬਰ 1800-1845 ਮੁਦਕੀ ਦੀ ਲੜਾਈ, ਅੰਗਰੇਜ਼ਾਂ ਨਾਲ ਲੜਾਈ ਹੋਈ, ਉਹ ਆਏ। ਵਾਹਿਗੁਰੂ। ਆਪਾਂ ਪਹੁੰਚਣ ਵਾਲੇ ਹਾਂ ਗੁਰਦੁਆਰਾ ਬਰੁੱਕ ਸਾਈਡ। ਇਹ ਹੈਗਾ ਬਿਲਕੁਲ ਬੀਅਰ ਕ੍ਰੀਕ ਪਾਰਕ ਦੇ ਨਾਲ, ਜਿਹੜੇ ਕਨੇਡਾ 'ਚ ਲੋਕ ਉਹਨਾਂ ਨੂੰ ਤਾਂ ਪਤਾ 140 ਅਤੇ 84 'ਤੇ ਆ, ਇਹ ਆਲਮੋਸਟ ਸਰੀ ਦੇ ਸੈਂਟਰ 'ਚ ਹੀ ਪੈ ਜਾਂਦਾ ਇਹ ਵੀ। ਅਤੇ ਹੁਣ ਤੁਹਾਨੂੰ ਕਰਾਉਂਦੇ ਹਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ। ਵਾਹਿਗੁਰੂ। ਗੁਰਦੁਆਰਾ ਸਾਹਿਬ ਦੀ ਇਮਾਰਤ ਆ, ਉੱਪਰ ਦਰਬਾਰ ਹਾਲ, ਨੀਚੇ ਲੰਗਰ ਹਾਲ ਆ। ਅਤੇ ਪਹਿਲਾਂ ਤਾਂ ਇੱਧਰ ਪਾਰਕ ਸੀਗੀ ਆਹ ਗੱਡੀਆਂ ਦੀ, ਇੱਧਰ ਅਤੇ ਆਹ ਥੋੜ੍ਹੀ ਦੂਜੀ ਸਾਈਡ 'ਤੇ ਥੋੜ੍ਹੀ ਪ੍ਰੋਬਲਮ ਸੀਗੀ। ਹੁਣ ਇੱਧਰ ਕਾਫੀ ਖੁੱਲ੍ਹੀ ਪਾਰਕਿੰਗ ਬਣਾਤੀ ਆ। ਆਹ ਦੇਖੋ ਆਹ ਸਾਰੀ ਜਗ੍ਹਾ ਹੁਣ ਪਾਰਕਿੰਗ ਦੀ ਆ, ਗੁਰਦੁਆਰਾ ਸਾਹਿਬ ਲਈ ਕਾਫੀ ਵੱਡੀ ਪਾਰਕਿੰਗ ਆ। ਉਹ ਜਿੱਥੋਂ ਤਾਈਂ ਆਪਣੇ ਪੀਲੇ ਪੀਲੇ ਝੰਡੇ ਲੱਗੇ ਆ, ਉੱਥੋਂ ਤਾਈਂ ਹੁਣ ਇਹ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਆ ਇਹ। ਉਹ ਨਾਲ ਇੱਧਰ ਜੋੜਾ ਘਰ ਆਇਆ, ਜੋੜਾ ਘਰ ਦਰਬਾਰ ਉੱਪਰ ਜਾ ਕੇ ਆ। ਵਾਹਿਗੁਰੂ ਵਾਹਿਗੁਰੂ। Thank you.
ਆਹ ਬਰੁੱਕ ਸਾਈਡ ਗੁਰਦੁਆਰਾ ਸਾਹਿਬ ਦੇ ਨਾਲ ਹੀ ਨਾ ਉੱਧਰ ਮੰਦਰ ਆ, ਇਹ ਵੀ ਜੇ ਤੁਸੀਂ ਚਾਹੁੰਦੇ ਹੋ ਦੇਖਣਾ ਤਾਂ ਪਲੀਜ਼ ਕਮੈਂਟ ਕਰ ਦਿਓ, ਫਿਰ ਮੈਂ ਮੰਦਰ ਦੀ ਨਾ ਇਕੱਲੇ ਦੀ ਵੱਖਰਾ ਇੱਕ ਵੀਡੀਓ ਬਣਾਊਂਗਾ 2-4 ਮਿੰਟ ਦੀ, ਅਤੇ ਅੰਦਰੋਂ ਵੀ ਜਾ ਕੇ ਤੁਹਾਨੂੰ ਦਰਸ਼ਨ ਕਰਾਊਂਗਾ, ਕਿਉਂਕਿ ਅੱਜ ਮੈਂ ਗੁਰਦੁਆਰਾ ਸਾਹਿਬ ਦੇ ਹੀ ਵਲੋਗ ਬਣਾਉਣੇ ਆ ਜਿੰਨੇ ਸਰੀ ਦੇ ਵਿੱਚ ਗੁਰਦੁਆਰਾ ਸਾਹਿਬ ਨੇ, ਅਤੇ ਮੰਦਰ ਦਾ ਫਿਰ ਕਿਸੇ ਦਿਨ ਵੱਖਰਾ ਬਣਾਊਂਗਾ, ਠੀਕ ਹੈ ਜੀ? ਅਤੇ ਜੇ ਤੁਸੀਂ ਵੇਖਣ ਦੇ ਚਾਹਵਾਨ ਹੋ ਕਮੈਂਟ 'ਚ ਲਿਖ ਦਿਓ, ਮੈਂ ਜ਼ਰੂਰ ਬਣਾਊਂਗਾ। ਧੰਨਵਾਦ ਜੀ। ਕਾਫੀ ਸੰਗਤ ਹੁੰਦੀ ਹੈ ਇੱਥੇ, ਬਹੁਤ ਇਕੱਠ ਹੁੰਦਾ ਜਦੋਂ ਵਿਸਾਖੀ ਦਾ ਨਗਰ ਕੀਰਤਨ ਹੁੰਦਾ ਨਾ, ਅਤੇ ਇੰਗਲੈਂਡ, ਅਮੈਰੀਕਾ, ਯੂਰਪ ਤੋਂ ਲੋਕ ਆਉਂਦੇ ਆ ਦੇਖਣ। ਹੁਣ ਅੱਗੇ ਨਿਕਲਣਾ ਨੈਕਸਟ ਸੈਚਰਡੇ, ਉਹਦੀਆਂ ਵੀ ਵੀਡੀਓ ਪਾ ਕੇ ਤੁਹਾਨੂੰ ਦਿਖਾਵਾਂਗੇ, ਬਹੁਤ ਦੇਖਣ ਵਾਲਾ ਹੁੰਦਾ ਉਹ ਨਗਰ ਕੀਰਤਨ। ਉਹ ਲੋਕਾਂ ਨੇ ਕਿੱਥੇ ਕਿੱਥੇ ਚਾੜ੍ਹ ਕੇ ਪਾਰਕਿੰਗਾਂ ਲਾਈਆਂ ਹੈ, ਆਹ ਦੇਖ ਲਓ ਕਿੱਥੇ ਚੜ੍ਹਾਈਆਂ ਗੱਡੀਆਂ। ਪਰ ਕਿਤੇ ਇੱਦਾਂ ਲਿਖ ਲਿਖ ਲਾਇਆ ਨੋ ਪਾਰਕਿੰਗ। ਸੰਡੇ ਨੂੰ ਬਹੁਤ ਇਕੱਠ ਹੁੰਦਾ ਇਹ ਗੁਰਦੁਆਰੇ, ਕਿੰਨੀ ਸੰਗਤ ਆ ਰਹੀ, ਚਾਰੇ ਪਾਸੇ ਇੱਦਾਂ ਹੀ ਆ, ਸਾਰੇ ਪਾਸਿਓਂ ਪਾਰਕਾਂ ਫੁੱਲ ਨੇ, ਸਾਰੇ ਪਾਸਿਓਂ ਸੰਗਤਾਂ ਆ ਰਹੀਆਂ। ਕਿਰਪਾਨ ਜ਼ਰੂਰੀ ਨਹੀਂ, ਤੁਹਾਡੇ ਕਾਤਰੇ ਕਿਰਪਾਨ ਪਾਹੀ ਤੁਹਾਡਾ ਦਿੱਲੀ ਵਰਗਾ ਤੁਹਾਡਾ ਹਾਲ ਨਾ ਹੋਵੇ, ਜੇ 47 ਵਰਗਾ ਹਾਲ ਨਾ ਹੋਵੇ। ਇਸ ਕਰਕੇ ਪਾਇਆ ਸੀ ਨਾ ਕਿ ਅਸੀਂ ਜ਼ਰੂਰ ਪਾ ਲਿਆ, ਇਹ ਹੈਗਾ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ। ਬੁੱਕ ਸਟਾਲ ਨੇ ਜ਼ਿਆਦਾ ਅੱਜ, ਆਹ ਦੇਖੋ ਸਭ ਸ਼ਹੀਦਾਂ ਸਿੰਘਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ, ਅੰਦਰ ਵੀ ਇੱਦਾਂ ਹੀ ਨੇ, ਅਤੇ ਸੰਗਤ ਬਹੁਤ ਜ਼ਿਆਦਾ ਜਾਣੀ, ਆਹ ਦੇਖੋ ਚਾਰੇ ਪਾਸੇ। ਪਹਿਲਾਂ ਤਾਂ ਗੱਡੀ ਪਾਰਕ ਲਾਉਣ ਨੂੰ ਜਗ੍ਹਾ ਨਹੀਂ ਮਿਲੀ ਕਿਤੇ, ਆਹ ਦੇਖੋ ਜੇ ਟਿਕਟ ਲੈਣੀ ਆ ਰਾਈਡ ਦੀ ਟਿਕਟ ਤੇ ਆਹ ਦੇਖੋ ਲੈਣਾ ਲੱਗਣਾ, ਆਹ ਦੇਖ ਲਓ ਆਹ ਸਭ ਟਿਕਟਾਂ ਲੈਣ ਦੀ ਲਾਈਨ ਆ। ਤੁਸੀਂ ਦੇਖ ਲਓ, ਐਂ ਲੱਗਦਾ ਨਾ ਜਿਵੇਂ ਪੰਜਾਬ ਸਾਰਾ ਇੱਥੇ ਹੀ ਆ ਗਿਆ, ਲੱਗਦਾ ਨਾ ਦੇਖਣ ਨੂੰ ਐਵੇਂ। ਚੱਕੇ ਨਾ ਜੀ ਕਰਦੇ।
ਪਲੇਟ ਵੀ ਦੇ ਦਿਓ ਹਾਂਜੀ। ਬਾਬਾ ਜੀ ਇੱਕ ਬ੍ਰੈਡ ਰੱਖ ਤੇਰਾ ਪਊ ਤਾਂ ਕਾਜਾ ਹਾਂਜੀ ਇੱਥੇ ਟੀ ਸ਼ਰਟਾਂ ਵਗੈਰਾ ਮਿਲਦੀਆਂ, ਫੋਟੋਆਂ, ਘੜੇ, ਗੁਟਕਾ ਸਾਹਿਬ ਸਭ ਕੁਛ। ਆ ਗਿਆ ਜੀ ਗੁਰਦੁਆਰਾ ਸਾਹਿਬ, ਗੁਰੂ ਨਾਨਕ ਸਿੱਖ ਗੁਰਦੁਆਰਾ। ਹਾਂਜੀ ਇਹ ਆ ਜੀ ਗੁਰੂ ਨਾਨਕ ਸਿੱਖ ਗੁਰਦੁਆਰਾ। ਇਹ ਉਹ ਗੁਰਦੁਆਰਾ ਜਿੱਥੇ ਭਾਈ ਹਰਦੀਪ ਸਿੰਘ ਨਿੱਜਰ ਦੇ ਗੋਲੀਆਂ ਮਾਰੀਆਂ ਸੀ, ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀਗਾ। ਇਹ ਉਹ ਗੁਰਦੁਆਰਾ ਹਾਂਜੀ। ਆਹ ਪਾਰਕ ਦੇ ਵਿੱਚ ਮੈਨੂੰ ਕਰੈਕਟ ਜਗ੍ਹਾ ਤਾਂ ਨਹੀਂ ਪਤਾ, ਪਰ ਇਸੇ ਕਿਤੇ ਪਾਰਕ ਦੇ ਵਿੱਚ ਹੀ ਉਹਨਾਂ ਦੇ ਗੋਲੀਆਂ ਮਾਰੀਆਂ ਸੀਗੀਆਂ। ਆਹ ਥੋੜ੍ਹੇ ਟਾਈਮ ਪਹਿਲਾਂ ਦੀ ਗੱਲ ਹੈ, ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੀ ਫੋਟੋ। ਗੁਰਦੁਆਰਾ ਸਾਹਿਬ ਨਾਨਕ ਦਰਬਾਰ ਵਿੱਚ ਫੋਟੋ ਲੱਗੀ ਹੈ ਲੜਕੀ ਦੀ, ਨਵਦੀਪ ਕੌਰ, ਏਜ 28 ਈਅਰ,
ਇੰਨੀ ਹਾਈਟ ਆ, ਇੰਨਾ ਵਾਇਰਿੰਗ ਬਰਾਊਨ ਆ, ਰਾਹ ਜੀ ਕੋਈ ਲੜਕੀ ਗੁੰਮ ਹੋਈ ਆ ਅਤੇ ਉਹਦੀ ਆ, ਅਤੇ ਇਸ ਨੰਬਰ 'ਤੇ ਕਾਲ ਕਰਕੇ ਦੱਸ ਸਕਦੇ ਆ। ਆਹ ਕੁੜੀ ਆ ਜਿਹੜੀ ਮਿਸਿੰਗ ਆ, ਇੱਥੇ ਜ਼ਿਆਦਾਤਰ ਗੁਰਦੁਆਰੇ ਸਾਹਿਬ ਇੱਦਾਂ ਹੀ ਹੁੰਦੇ ਵੀ ਉੱਪਰ ਦਰਬਾਰ ਹੁੰਦਾ, ਨੀਚੇ ਲੰਗਰ ਹਾਲ ਹੁੰਦਾ। ਲੰਗਰ ਹਾਲ ਸਾਹਿਬ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਦਾ, ਇੱਥੇ ਸਭ ਸ਼ਹੀਦਾਂ ਸਿੰਘਾਂ ਦੀਆਂ ਫੋਟੋਆਂ ਨਾਂ ਨਾਲ ਲੱਗੀਆਂ ਹੋਈਆਂ। ਗੁਰਦੁਆਰਾ ਨਾਨਕਸਰ, ਇਹ ਗੁਰਦੁਆਰਾ ਨਾਨਕਸਰ ਸਰੀ ਦੇ ਵਿੱਚ ਅਜੇ ਇਮਾਰਤ ਪੂਰੀ ਬਣੀ ਨਹੀਂ, ਬਣ ਰਹੀ ਆ ਅਤੇ ਅਜੇ ਛੋਟੀ ਜਿਹੀ ਇਮਾਰਤ ਆ, ਇਹਦਾ ਕੰਮ ਚੱਲ ਰਿਹਾ।
ਤੇ ਇੱਕ ਗੁਰਦੁਆਰਾ ਨਾਨਕਸਰ ਰਿਚਵਾਂਡ ਆ, ਉਹ ਕਾਫੀ ਵੱਡਾ ਕਾਫੀ ਪੁਰਾਣਾ। ਇਹ ਜਿੱਦਾਂ ਜੇ ਮੈਨੂੰ ਲੱਗਦਾ ਵੀ ਬਾਹਲਾ ਪੁਰਾਣਾ ਨਹੀਂ, ਨਵਾਂ ਹੀ ਆ। ਅਜੇ ਵਾਹਿਗੁਰੂ ਆ ਬਾਬਾ ਬੰਤਾ ਸਿੰਘ ਜੀ ਦਾ ਇੱਥੇ ਸਮਾਗਮ ਪ੍ਰੋਗਰਾਮ ਹੋਣੇ ਨੇ, ਗੁਰਮਤਿ ਸਮਾਗਮ। ਇਹ ਹੈਗੇ ਨੇ 19-21 ਅਪ੍ਰੈਲ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਘਰ ਮੈਂ ਸਰੀ ਤੇ ਗੁਰਦੁਆਰਾ ਸਾਹਿਬ ਤੁਹਾਨੂੰ ਦਿਖਾਉਣਾ ਕਿ ਜਿਹੜਾ ਸਰੀ ਸ਼ਹਿਰ ਆ ਛੋਟਾ ਜਿਹਾ, ਤੇ ਜਿੰਨੇ ਕੁ ਮੇਰੇ ਹੈਗੇ ਆ ਨਾਉਣ ਚ ਮੈਂ ਉਹਨੇ ਤੁਹਾਨੂੰ ਦਿਖਾਉਂ, ਕੋਈ ਰਹਿ ਗਿਆ ਤਾਂ ਕੋਈ ਪਤਾ ਨਹੀਂ। ਬਾਕੀ ਮੇਰੀ ਕੋਸ਼ਿਸ਼ ਤਾਂ ਹੋਊ ਵੀ ਸਾਰੇ ਗੁਰੂ ਘਰ ਦੇ ਤੁਹਾਨੂੰ ਦਰਸ਼ਨ। ਇੱਥੇ ਜੋੜੇ ਉਤਾਰਦੇ ਨੇ ਗੇਟ ਅੱਗੇ ਬਾਹਰ ਹੀ। ਵਾਹਿਗੁਰੂ ਇੱਥੇ ਲੱਗਦਾ ਕੋਈ ਮੰਦਿਰ ਹੋਣਾ, ਸਵਾਸਤਿਕ ਦੇ ਚਿੰਨ੍ਹ ਜੇ ਬਣੇ ਆ, ਤੇ ਪਤਾ ਨਹੀਂ ਰੱਬ ਜਾਣੇ ਜਾਂ ਕੀ ਆ। ਝੰਡੇ ਜੇ ਮੈਂ ਤਾਂ ਅੱਜ ਪਹਿਲੇ ਦਿਨ ਦੇਖੇ ਆ,
ਮੰਦਿਰ ਹੀ ਹੋਊ ਸ਼ਾਇਦ। ਹਾਂ, ਸ਼੍ਰੀ ਮਾਤਾ ਬਾਗੇਸ਼ਵਰੀ ਦੁਰਗਾ ਦੇਵੀ ਸੁਸਾਇਟੀ। ਹਾਂ, ਕੋਈ ਸੁਸਾਇਟੀ ਆ। ਅੱਛਾ, ਠੀਕ ਹੈ, ਓਕੇ। ਗੁਰਦੁਆਰਾ ਸਾਹਿਬ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿਨ੍ਹਾਂ ਨੇ ਵੀ ਆਪਣਾ ਚੈਨਲ ਅਜੇ ਤੱਕ ਸਬਸਕ੍ਰਾਈਬਰ ਨਹੀਂ ਕੀਤਾ, ਪਲੀਜ਼ ਕਰ ਲਓ ਸਬਸਕ੍ਰਾਈਬਰ, ਕਿਉਂਕਿ ਆਪਾਂ ਇੱਦਾਂ ਦੀਆਂ ਸੋਹਣੀਆਂ ਅਤੇ ਇੰਟਰਸਟਿੰਗ ਵੀਡੀਓ ਹੋਰ ਅਪਲੋਡ ਕਰਦੇ ਰਿਹਾ ਕਰਨਾ ਇਹਦੇ 'ਤੇ। ਧੰਨਵਾਦ ਜੀ ਸਾਰਿਆਂ ਦਾ, ਸਤਿ ਸ਼੍ਰੀ ਅਕਾਲ।